ਫਿਰ ਬੁੜੀ ਉਹਨਾਂ ਦੀ ਮਿਰਚਾਂ ਟੰਗ ਕੇ ਬਹਿ ਗਏ ਕਹਿੰਦੀ ਬਾਕੀ ਇਲਾਜ ਸਾਰੇ ਬੰਦ ਕਰੋ ਇਹਨੂੰ ਸਾਰਾ ਕੁਝ ਸੈੱਟ ਕਰ ਦੇ ਸੂਰਜ ਸਿਰ ਤੇ ਆ ਗਿਆ ਗੋਪੀ ਹਲੇ ਤੱਕ ਨਹੀਂ ਆਇਆ ਦੇਖ ਲੋ ਭਾਈ ਆਉਂਦਾ ਤੁਰਿਆ ਇਹ ਕੋਈ ਟਾਈਮ ਹੈ ਆਉਣ ਦਾ ਭਾਈ ਦਰਅਸਲ ਗੱਲ ਇੱਦਾਂ ਹੋਈ ਕਿ ਮੇਰੇ ਗੁਆਂਢਣ ਨੇ ਮਾਰਤੀ ਛਿੱਕ ਤੇ ਮੰਮੀ ਕਹਿੰਦੀ 5 ਮਿੰਟ ਠਹਿਰ ਜਾ ਗੁਆਂਢਣ ਗੁਆਂਢਣ ਦਾ ਕੀ ਚੱਕਰ ਆ ਚਲੋ ਚਲੀਏ ਯਾਰ ਲੇਟ ਆ ਆਪਾਂ ਉਹ ਭਾਜੀ ਹਾਂ ਪੂਨੇ 2 ਹੋਏ ਆ ਪੌਣ ਪਈ ਆ ਇਦਾਂ ਨਹੀਂ ਚਾਹੀਦਾ ਚੰਗਾ ਨਹੀਂ ਹੁੰਦਾ ਇਹ ਗੱਲ ਗਰਲਫ੍ਰੈਂਡ ਨੂੰ ਮਿਲਣ ਜਾਣਾ ਹੁਣਾ ਤਾਂ ਪੌਣ ਦੇਖ ਕੇ ਜਾਣਾ ਉਹ ਨਹੀਂ ਭਾਜੀ ਤੇ ਮੈਂ ਕਿੱਥੇ ਚੱਲਿਆ ਆਪਣੀ ਕਿਤਾਬ ਦੇ ਵਿੱਚ ਕਹਿੰਦੇ ਰੱਖ ਲਓ ਕਹਿੰਦੇ ਬੰਦਾ ਪਾਸ ਹੋ ਜਾਂਦਾ ਅਸੀਂ ਇਹ ਵਹਿਮ 'ਚ ਫਸੇ ਸੀਗੇ ਸਤਿ ਸ਼੍ਰੀ ਅਕਾਲ ਕਮਲ ਭਾਅ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਛੋਟੇ ਹੁੰਦੇ ਇਹੋ ਜਿਹੇ ਬਹੁਤ ਵਹਿਮ ਹੁੰਦੇ ਸੀਗੇ ਤੁਹਾਨੂੰ ਮੈਂ ਦੱਸਦਾ ਕਿ ਇੱਕ ਕੀੜਾ ਹੁੰਦਾ ਸੀ ਫੇਲ ਪਾਸ ਕਹਿੰਦੇ ਸੀ ਉਹਨੂੰ ਉਹ ਹੱਥ 'ਤੇ ਰੱਖ ਲੈਣਾ ਜੇ ਤਾਂ ਇਸ ਉਂਗਲ 'ਤੇ ਆ ਕੇ ਉੱਡ ਗਿਆ ਫਿਰ ਪਾਸ ਜੇ ਕਿਤੇ ਹੋਰ ਉੱਡ ਗਿਆ ਫਿਰ ਫੇਲ ਇੱਦਾਂ ਹੁੰਦਾ ਸੀ ਉਹ ਕੀੜਾ ਲੱਭ ਕੇ ਖੇਤਾਂ 'ਚੋਂ ਠੀਕ ਆ ਉਹਨੂੰ ਸਾਰੇ ਜਾਣੇ ਫਰੈਂਡ ਰਲ ਕੇ ਕਹਿੰਦੇ ਹੁੰਦੇ ਸੀ ਚਲੋ ਜੀ ਲੱਭੋ ਕੀੜਾ ਫਿਰ ਕਹਿੰਦੇ ਹੁੰਦੇ ਸੀ ਫੇਲ ਪਾਸ ਸੋ ਇੱਦਾਂ ਮੋਟੀਵੇਸ਼ਨ ਆਉਂਦੀ ਸੀ ਕਿ ਹਾਂ ਅਸੀਂ ਪਾਸ ਹਾਂ ਜੇ ਇੱਕ ਵਾਰੀ ਉੱਡ ਜਾਣਾ ਕਿਉਂਕਿ ਉਹ ਬੇਸਿਕਲੀ ਇੱਦਾਂ ਹੀ ਉੱਡਣਾ ਸੀ ਉਹਨੇ ਇੱਥੇ ਆ ਕੇ ਹੀ ਉੱਡਦਾ ਹੁੰਦਾ ਸੀ ਉੱਪਰ ਇੱਥੇ ਨਹੀਂ ਉੱਡਦਾ ਹੁੰਦਾ ਸੀ ਉਹ ਸੋ ਇਹ ਸੁਪਰਸਟੀਸ਼ਨ ਸੀਗਾ ਸਾਡਾ ਵਧੀਆ ਸੀ ਮੋਟੀਵੇਸ਼ਨ ਮਿਲ ਜਾਂਦੀ ਸੀਗੀ ਥੈਂਕ ਯੂ ਸਤਿ ਸ਼੍ਰੀ ਅਕਾਲ ਭਾਅ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਇੱਕ ਵਹਿਮ ਹੁੰਦਾ ਸੀ ਵੀ ਜੇ ਆਪਾਂ ਨੂੰ ਗਟਾਰਾਂ ਲਾ ਲਈਆਂ ਹੈ ਨਾ ਵੀ ਇੱਕ ਮਿਲ ਜੇ 3 ਜਾਂ 5 ਮਿਲ ਜਾਣ ਔਡ ਨੰਬਰ ਮਿਲ ਜਾਣ ਮਤਲਬ ਕੰਮ ਨਾ ਬਣਦਾ ਨਹੀਂ ਜੇ 2, 4 ਤੇ 6 ਮਿਲ ਜਾਣ ਵੀ ਪੱਕਾ ਹੀ ਹੈ ਕੰਮ ਤੁਹਾਡਾ ਬਣਨਾ ਹੀ ਬਣਨਾ ਉਹ ਜਦੋਂ ਘਰੋਂ ਬਾਹਰ ਨਿਕਲਣਾ ਕੰਮ ਵੱਲ ਧਿਆਨ ਘੱਟ ਹੁੰਦਾ ਅਤੇ ਲਾਲੀਆਂ ਦੇਖਣ ਵੱਲ ਧਿਆਨ ਜ਼ਿਆਦਾ ਹੁੰਦਾ ਸੀ ਅਤੇ ਇਹ ਮਨ ਦੇ ਵਿੱਚ ਹਮੇਸ਼ਾ ਵਹਿਮ ਰਿਹਾ ਕਿ ਜੇ ਮੈਨੂੰ 2 ਲਾਲੀਆਂ ਮਿਲੀਆਂ ਤਾਂ ਹੀ ਮੇਰਾ ਕੰਮ ਬਣੂ ਜੇ ਮੈਨੂੰ 4 ਮਿਲੀਆਂ ਤਾਂ ਬਣੂ ਜੇ ਔਡ ਨੰਬਰ ਮਿਲ ਗਿਆ ਤਾਂ ਮੇਰਾ ਕੰਮ ਨਹੀਂ ਬਣਨਾ ਅਤੇ ਹੁਣ ਇਹ ਗੱਲਾਂ ਸੋਚ ਸੋਚ ਕੇ ਬੜਾ ਹਾਸਾ ਆਉਂਦਾ ਵੀ ਹੈ ਨਾ ਇੱਦਾਂ ਕਿੱਦਾਂ ਹੋ ਸਕਦਾ ਸੀ ਸਤਿ ਸ਼੍ਰੀ ਅਕਾਲ ਜੀ ਅਤੇ ਜਦੋਂ ਛੋਟੇ ਹੁੰਦੇ ਸੀ ਨਾ ਤਾਂ ਸਾਡੇ ਘਰ ਅਮਰੂਦ ਦਾ ਬੂਟਾ ਲੱਗਾ ਹੁੰਦਾ ਸੀ ਅਤੇ ਉੱਥੇ ਤੋਤੇ ਅਮਰੂਦ ਖਾਣ ਆਉਂਦੇ ਹੁੰਦੇ ਸੀ ਸਾਡੇ ਘਰ ਦੇ ਕਹਿੰਦੇ ਸੀ ਜੇ ਤੁਸੀਂ ਤੋਤੇ ਦਾ ਜੂਠਾ ਅਮਰੂਦ ਖਾਓਗੇ ਤਾਂ ਤੁਹਾਨੂੰ ਪੜ੍ਹਾਈ ਬਹੁਤ ਆਊਗੀ ਉਹਦੇ ਨਾਲ ਦਿਮਾਗ ਤੇਜ਼ ਹੋ ਜਾਂਦਾ ਬੰਦਾ ਟੌਪ ਪਾਉਣ ਲੱਗ ਜਾਂਦਾ ਅਤੇ ਮੈਂ ਅਤੇ ਮੇਰੇ ਭੈਣਾਂ ਭਰਾਵਾਂ ਨੇ ਅਸੀਂ ਲੜਾਈ ਕਰਨਾ ਕਿਤੇ ਅੱਕਰ ਦਾ ਜੂਠਾ ਅਮਰੂਦ ਹੁੰਦਾ ਅਸੀਂ ਲੜਾਈ ਕਰਨਾ ਵੀ ਮੈਂ ਹਾਂਜੀ ਭਾਅ ਜੀ ਗਟਾਰਾਂ ਦੇ ਵਹਿਮ ਦੇ ਨਾਲ ਨਾਲ ਨਾ ਇੱਕ ਮੈਨੂੰ ਰੰਗ ਦਾ ਬੜਾ ਵਹਿਮ ਸੀਗਾ ਮੈਂ ਬੀ ਏ ਫਸਟ ਈਅਰ ਦੇ ਇਗਜ਼ਾਮ ਦਿੱਤੇ ਅਤੇ ਕਿਸੇ ਕਾਰਨ ਮੇਰੀ ਇੰਗਲਿਸ਼ 'ਚੋਂ ਕੰਪਾਰਟਮੈਂਟ ਆ ਗਈ ਨਾ ਪੜ੍ਹਨ ਕਰਕੇ ਆਈ ਹੈ ਨਾ ਅਤੇ ਲੱਗਿਆ ਕਿ ਬਾਕੀ ਪੇਪਰਾਂ 'ਚੋਂ ਤਾਂ ਪਾਸ ਹੋ ਗਈ ਵੀ ਉਹਦੇ 'ਚ ਮੈਂ ਸਕਾਈ ਕਲਰ ਦਾ ਸੂਟ ਪਾਇਆ ਸੀ ਅਤੇ ਉਹ ਮੇਰੇ ਵਧੀਆ ਹੋ ਗਏ ਅਤੇ ਇੰਗਲਿਸ਼ 'ਚ ਮੈਂ ਪਾਇਆ ਨਹੀਂ ਅਤੇ ਤਾਂ ਨਹੀਂ ਵਧੀਆ ਹੋਇਆ ਉਸ ਤੋਂ ਬਾਅਦ ਮੈਂ ਕੀ ਕੀਤਾ ਮੇਰੇ ਮਤਲਬ ਗ੍ਰੈਜੂਏਸ਼ਨ ਦੇ 3 ਸਾਲ ਸੀ 3 ਸਾਲਾਂ ਦੇ ਵਿੱਚ ਘੱਟੋ ਘੱਟ ਕੋਈ 16 ਪੇਪਰ ਦਿੱਤੇ ਅਤੇ 16 ਦੇ 16 ਪੇਪਰਾਂ ਦੇ ਵਿੱਚ ਮੈਂ ਇੱਕੋ ਹੀ ਸੂਟ ਪਾਇਆ ਮੈਨੂੰ ਅੱਜ ਇਹ ਗੱਲ ਸੋਚ ਕੇ ਨਾ ਮੈਨੂੰ ਬੜੀ ਹਾਸੀ ਆਉਂਦੀ ਹੈ ਵੀ ਤਿਆਰੀ ਤਾਂ ਆਪ ਨਹੀਂ ਕਰਨੀ ਅਤੇ ਵਿਸ਼ਵਾਸ ਰੰਗ 'ਤੇ ਕਰਨ ਵਾਲਾ ਇਹ ਗੱਲ ਮੇਰੇ ਨਾਲ ਵੀ ਹੁੰਦੀ ਰਹੀ ਹੈਗੀ ਮੈਂ ਸ਼ੁਰੂ ਤੋਂ ਜਦੋਂ 6ਵੀਂ 7ਵੀਂ ਕਲਾਸ 'ਚ ਜਾ ਕੇ ਸਾਨੂੰ ਇਹ ਗੱਲ ਹੁੰਦੀ ਵੀ ਹਾਂ ਤੋਤੇ ਗਿਣੋ ਕਹਿੰਦੇ 786 ਗਿਣੋ ਤਾਂ ਪਾਸ ਹੋਵਾਂਗੇ ਇਹ ਕੰਮ ਆਈ ਚੱਲਦਾ ਆ 9ਵੀਂ 10ਵੀਂ ਤੱਕ ਇਹੀ ਕੰਮ ਚੱਲਦਾ ਆ ਗਿਣਦੇ ਰਹੇ ਸਾਰੀਆਂ ਕਾਪੀਆਂ ਭਰ ਲੈਣੀਆਂ ਜਦੋਂ ਕੋਈ ਤੋਤਾ ਜਿਹਾ ਲੰਘਣਾ ਉਹਦੇ ਉੱਪਰ ਨੂੰ ਝਾਕਣਾ ਉਹ ਤੋਤਾ ਇੰਨੇ ਲੰਘੇ ਇਹੀ ਗਿਣਦੇ ਰਹੇ ਹੈਗੇ ਸੱਚੀ ਬਾਈ ਬਚਪਨ ਯਾਦ ਕਰਾਤਾ ਅੱਜ ਫਿਰ ਸੰਦੇਸ਼ ਵੀ ਤੁਹਾਡੇ ਵੱਲ ਨਹੀਂ ਕੋਈ ਐਸਾ ਵਹਿਮ ਜਿਸ ਤਰ੍ਹਾਂ ਆਪਾਂ ਗੱਲਾਂ ਕਰ ਹੀ ਰਹੇ ਹਾਂ ਭਾਅ ਜੀ ਸਾਡੇ ਹੀ ਵਹਿਮ ਮੰਨਦੇ ਆ ਜਾਣੀ ਕਿ ਜੇ ਖੱਬੇ ਬੰਨੇ ਤਿੱਤਰ ਬੋਲੇ ਤਾਂ ਉਹ ਵੀ ਵਹਿਮ ਮੰਨਦੇ ਆ ਜਿੱਦਾਂ ਅਭਿਸ਼ਗਨ ਕਹਿ ਦਈਏ ਹਾਂ ਬਈ ਬਦਸ਼ਗਨ ਨਹੀਂ ਅਭਿਸ਼ਗਨ ਨਹੀਂ ਬਿਲਕੁਲ ਜੇ ਸੱਜੇ ਬੋਲੇ ਫਿਰ ਇਹ ਨਹੀਂ ਪਤਾ ਜੀ ਫਿਰ ਸਾਖੀ ਬਹੁਤ ਸੋਹਣਾ ਮਿਲਦਾ ਉਹ ਤਾਂ ਚੌਲ ਕਹਿੰਦੇ ਹੁੰਦੇ ਚੌਲ ਕਹਿੰਦੇ ਹਾਂਜੀ ਹਾਂਜੀ ਚੌਲ ਕਹਿੰਦੇ ਕਿਨੇ
ਸਤਿ ਸ਼੍ਰੀ ਅਕਾਲ ਕਮਲ ਸਰ, ਮੈਂ ਪਹਿਲੀ ਵਾਰ ਸੁਣਿਆ ਕਿ ਤੁਸੀਂ ਹਜ਼ਾਰ ਤੋਤਿਆਂ ਦੇ ਨਾਲ ਆਓ ਅਤੇ ਤੁਹਾਡਾ ਐਗਜ਼ਾਮ ਵਧੀਆ ਹੋਊਗਾ। ਜਦੋਂ ਮੈਂ ਛੋਟੀ ਸੀ ਉਦੋਂ ਮੇਰੀ ਫਰੈਂਡ ਨੇ ਮੈਨੂੰ ਦੱਸਿਆ ਕਿ ਅਗਰ ਤੁਸੀਂ ਗੁਰਦੁਆਰੇ ਦੇ ਲਾਗੋ ਠੀਕਰੀ ਚੱਕੋ ਅਤੇ ਉਹਨੂੰ ਐਗਜ਼ਾਮ 'ਚ ਆਪਣੇ ਨਾਲ ਲੈ ਜਾਓ ਅਤੇ ਤੁਹਾਡਾ ਐਗਜ਼ਾਮ ਵਧੀਆ ਹੋਊਗਾ। ਅਤੇ ਫਿਰ ਮੈਂ ਫਸਟ ਕਲਾਸ ਤੋਂ ਇੱਦਾਂ ਸ਼ੁਰੂ ਕਰਨਾ ਸ਼ੁਰੂ ਕਰਤਾ 10th ਕਲਾਸ ਤੱਕ ਕਿ ਮੈਂ ਠੀਕਰੀ ਚੱਕਣੀ ਨਾਲ ਪ੍ਰੇਅਰ ਕਰਨੀ ਕਿ ਮੈਂ ਕਲਾਸ 'ਚੋਂ ਫਸਟ ਆਵਾਂ। ਅਤੇ ਮੈਂ 10th ਤੱਕ ਫਸਟ ਜਾਂ ਸੈਕਿੰਡ ਹੀ ਆਉਂਦੀ ਰਹੀ ਮੇਰੀ ਪੁਜੀਸ਼ਨ। ਅਤੇ ਫਿਰ ਹੋਰ ਫਸਟ ਆਉਣ ਵਾਸਤੇ ਜਾਂ ਇਹ ਅਰਦਾਸ ਕਰਨੀ ਕਿ ਪੜ੍ਹਾਈ 'ਚੋਂ ਵਧੀਆ ਪਰਫੋਰਮ ਕਰੀਏ, ਕਿਤਾਬਾਂ 'ਚ ਮੋੜ ਦੀ ਟਿੱਕੀ ਰੱਖਣੀ, ਧੂਫ ਦਾ ਗੱਤਾ ਰੱਖਣਾ, ਵਿੱਦਿਆ ਪੜ੍ਹਾਈ ਦਾ ਇੱਕ ਟ੍ਰੀ ਹੁੰਦਾ ਹੈ, ਵਿੱਦਿਆ ਪੜ੍ਹਾਈ ਦਾ ਪੱਤਾ ਰੱਖਣਾ, ਗੁਲਾਬ ਫੁੱਲ ਰੱਖਣੇ ਜਿਹੜੇ ਵੀ ਮਿਲ ਜਾਣੇ ਕਿਤਾਬ 'ਚ। ਅਤੇ ਪਰ ਉਹ ਗੱਲਾਂ ਹੁਣ ਜਦੋਂ ਤੁਹਾਡੀ ਤੋਤਿਆਂ ਵਾਲੀ ਗੱਲ ਸੁਣ ਕੇ ਉਹ ਵਾਲੀਆਂ ਸਾਰੀਆਂ ਗੱਲਾਂ ਮੇਰੇ ਦਿਮਾਗ 'ਚ ਰਿਫਰੈਸ਼ ਹੋ ਗਈਆਂ। 10th ਤੋਂ ਬਾਅਦ ਪਤਾ ਲੱਗਾ ਕਿ ਨਹੀਂ, ਇਹ ਗੱਲਾਂ ਪੁਜੀਸ਼ਨ ਜਾਂ ਗ੍ਰੇਡ ਮੈਟਰ ਨਹੀਂ ਕਰਦੇ, ਮੈਟਰ ਕਰਦਾ ਕਿ ਤੁਸੀਂ ਕੀ ਸਿੱਖਿਆ। ਐਜੂਕੇਸ਼ਨ ਇੱਕ ਲਰਨਿੰਗ ਪ੍ਰੋਸੈਸ ਆ ਅਤੇ ਪੁਜੀਸ਼ਨ ਮੈਟਰ ਨਹੀਂ ਕਰਦੀ। ਹੁਣ ਮੈਂ ਪੁਜੀਸ਼ਨ 'ਤੇ ਕੰਸਨਟ੍ਰੇਟ ਨਹੀਂ ਕਰਦੀ, ਹੁਣ ਜ਼ਿਆਦਾ ਲਰਨਿੰਗ 'ਤੇ ਕੰਸਨਟ੍ਰੇਟ ਕਰਦੀ ਹਾਂ। ਥੈਂਕ ਯੂ ਸੋ ਮੱਚ ਪੋਸਟ ਸ਼ੇਅਰ ਕਰਨ ਲਈ, ਤੁਹਾਡੀਆਂ ਪੋਸਟ ਬਹੁਤ ਸੋਹਣੀਆਂ ਹੁੰਦੀਆਂ। ਸਤਿ ਸ਼੍ਰੀ ਅਕਾਲ ਕਮਲ ਭਾਅ ਜੀ। ਭਾਅ ਜੀ ਸਾਡੇ ਬਚਪਨ 'ਚ ਇੱਦਾਂ ਹੁੰਦਾ ਸੀ ਵੀ ਇੱਕ ਜਿੱਦਾਂ ਵੀ ਇੱਲ ਦੇ ਪਰਛਾਵੇਂ 'ਤੇ ਪੈਰ ਆ ਜਾਵੇ ਜੇ ਤਾਂ ਪੈਸੇ ਮਿਲਦੇ ਹੈ। ਅਸੀਂ ਸਾਰਾ ਦਿਨ ਇੱਲਾਂ ਦੇ ਪਰਛਾਵੇਂ ਹੀ ਲੱਭਦੇ ਰਹਿੰਦੇ ਸੀ ਵੀ ਚੱਲ ਜੇ ਪੈਰ ਆਜੂਗਾ ਤਾਂ ਕਮ ਸੇ ਕਮ ਪੈਸੇ ਮਿਲਣਗੇ। ਅੱਜ ਇਹ ਸੀ ਸਾਡੇ ਬਚਪਨ 'ਚ, ਅੱਜ ਹਾਸਾ ਆਉਂਦਾ ਇਹ ਗੱਲਾਂ ਯਾਦ ਕਰਕੇ ਵੀ ਸਾਰਾ ਦਿਨ ਜਦੋਂ ਇੱਲਾਂ ਦੇ ਪਰਛਾਵੇਂ ਹੀ ਲੱਭਦੇ ਰਹਿੰਦੇ। ਕਮਲ ਸਰ, ਮੈਂ ਤੁਹਾਨੂੰ ਹੁਣ ਦੱਸਦਾ, ਮੈਂ ਹੁਣ 10th ਕਲਾਸ 'ਚ ਹਾਂ ਅਤੇ ਜਦੋਂ ਅਸੀਂ 2nd, 3rd, 4th ਦੇ ਵਿੱਚ ਹੁੰਦੇ ਸੀ ਉਦੋਂ ਮੈਨੂੰ ਵਹਿਮ ਹੁੰਦੇ ਸੀਗੇ ਵੀ ਜੇ ਕਿਸੇ ਦੇ ਸਿਰ 'ਚ ਸਿਰ ਵੱਜਣਾ ਉਹਨੂੰ ਕਹਿਣਾ ਵੀ ਦੁਬਾਰਾ ਸਿਰ 'ਚ ਸਿਰ ਮਰਾ, ਨਹੀਂ ਤਾਂ ਮੇਰੇ ਆਪਣੇ ਦੋਵਾਂ ਦੇ ਸਿੰਘ ਉੱਗ ਪੈਣੇ। ਜੇ ਕਿਸੇ ਨੇ ਇੱਦਾਂ ਹੀ ਲੰਮੇ ਪਏ ਹੋਣਾ ਉਹਦੇ ਉੱਤੋਂ ਦੀ ਲੰਘ ਗਏ ਅਤੇ ਉਹ ਕਹਿਣਾ ਵੀ ਵਾਪਸ ਦੁਬਾਰਾ ਉੱਦਾਂ ਹੀ ਜਿਵੇਂ ਲੰਘ ਕੇ ਗਿਆ ਉੱਦਾਂ ਹੀ ਵਾਪਸ ਮੇਰੇ ਉੱਤੋਂ ਹੀ ਲੰਘ, ਨਹੀਂ ਤਾਂ ਮੇਰਾ ਕਾਦਾ ਰੁਕ ਜਾਣਾ। ਇੱਕ ਹੁੰਦਾ ਸੀਗਾ ਸਰ ਜੀ ਵੀ ਰਾਤ ਨੂੰ ਸੈਂਟ ਜਾਂ ਪਰਫਿਊਮ ਲਾ ਕੇ ਡੀਓ ਲਾ ਕੇ ਸੌਣਾ ਨਹੀਂ ਗਾ, ਨਹੀਂ ਤਾਂ ਰਾਤ ਨੂੰ ਸੁੱਤੇ ਪਿਆਂ ਨੂੰ ਭੂਤ ਚਿੰਬੜ ਜਾਂਦੀ ਹੈ। ਇੱਕ ਹੁੰਦਾ ਸੀਗਾ ਵੀ ਹੱਥ 'ਤੇ ਟੈਟੂ ਨਹੀਂ ਬਣਾਉਣਾ ਗਾ, ਨਹੀਂ ਤਾਂ ਉਹ ਛਿਪਕਲੀ ਚਿੰਬੜ ਜਾਂਦੀ ਹੱਥ ਨੂੰ। ਸਤਿ ਸ਼੍ਰੀ ਅਕਾਲ ਕਮਲ ਭਾਅ ਜੀ। ਅਤੇ ਜਿਵੇਂ ਤੁਸੀਂ ਕਿਹਾ ਕਿ ਅਸੀਂ ਤੋਤੇ ਗਿਣਦੇ ਹੁੰਦੇ ਸੀ ਜਾਂ ਵੀ ਪੇਪਰ ਤੋਂ ਪਹਿਲਾਂ ਐਗਜ਼ਾਮ ਤੋਂ ਪਹਿਲਾਂ ਵੀ ਇੰਨੇ ਤੋਤੇ ਗਿਣ ਲਏ ਤਾਂ ਵੀ ਇੱਕ ਵਹਿਮ ਜਿਹਾ ਹੋ ਜਾਂਦਾ ਸੀ ਜਾਂ ਇੱਕ ਪੋਜ਼ੀਟਿਵ ਥਿੰਕਿੰਗ ਆ ਜਾਂਦੀ ਸੀ ਵੀ ਆਪਾਂ ਪਾਸ ਹੋ ਜਾਵਾਂਗੇ ਇਸ ਪੇਪਰ 'ਚੋਂ। ਸੋ ਅਸੀਂ ਕੀ ਕਰਦੇ ਹੁੰਦੇ ਸੀਗੇ, ਅਸੀਂ ਏਮ ਰੱਖ ਲੈਂਦੇ ਸੀ ਵੀ ਅੱਜ 15 ਤੋਤੇ ਗਿਣਨੇ ਆ, 15 ਤੋਤੇ ਸਕੂਲ 'ਚ ਬੈਠੇ ਬੈਠੇ ਆ ਟਾਟਾਂ ਦੇ ਨੀਚੇ ਬੈਠ ਕੇ 15 ਤੋਤੇ ਗਿਣ ਲੈਂਦੇ। ਅਤੇ ਇੱਕ ਗਰੁੜ ਹੁੰਦਾ ਗਾ, ਸ਼ਾਇਦ ਉਹਨੂੰ ਕੀ ਹੋਰ ਕੀ ਕਹਿੰਦੇ ਨੇ ਉਹ ਮੈਨੂੰ ਨਹੀਂ ਪਤਾ, ਗਰੁੜ ਹੁੰਦਾ ਇੱਕ ਉਹ ਗਿਣਦੇ ਹੁੰਦੇ ਜਿਹੜਾ ਤੋਤੇ ਦੀ ਸੀ ਉਹਦੇ ਤਾਂ ਪੁਆਇੰਟ ਮਤਲਬ ਘੱਟ ਗਿਣਦੇ ਹੁੰਦੇ ਵੀ ਚੱਲ ਤੋਤੇ ਨਹੀਂ ਘੱਟ ਹੋ ਗਏ ਤਾਂ ਤੋਤੇ 15 ਅਤੇ ਗਰੁੜ 10 ਗਿਣ ਲੈਂਦੇ ਵੀ ਚੱਲ ਗਰੁੜ 10 ਹੋ ਗਏ ਉਹ ਵੀ ਬਹੁਤ ਨੇ ਗੇ। ਅਤੇ ਉਸ ਤੋਂ ਬਾਅਦ ਇੱਕ ਪੋਜ਼ੀਟਿਵ ਫੀਲ ਆ ਜਾਂਦੀ ਸੀ, ਮਤਲਬ ਕਿ ਵੇਵਸ ਆ ਜਾਂਦੀਆਂ ਸੀ ਪੋਜ਼ੀਟਿਵ ਵਾਈਜ਼। ਅਤੇ ਫਿਰ ਪੇਪਰ 'ਚ ਵਧੀਆ ਨੰਬਰ ਲੈਤੇ ਜਾਂਦੇ ਸੀਗੇ, ਮਤਲਬ ਕਿ ਹੁੰਦੀਆਂ ਨੇ ਸਾਡੇ ਨਾਲ ਵੀ ਹੋਈਆਂ ਨੇ, ਬਹੁਤ ਵਧੀਆ ਬਚਪਨ ਸੀ ਸਾਡੀ ਵਾਰੀ। ਜਿੱਦਾਂ ਹੁੰਦਾ ਸੀਗਾ ਇੱਕ ਜਿੱਦਾਂ ਨਾ ਸਕੂਲ ਦੇ ਵਿੱਚੋਂ ਅਸੀਂ ਵਹਿਮ ਦੇ ਵਿੱਚ ਆਉਂਦੇ ਹੁੰਦੇ ਸੀਗੇ ਤਾਂ ਅਫਵਾਹ ਫੈਲਾ ਤੀ ਕਿਸੇ ਨੇ ਵਹਿਮ ਪਾ ਤਾ ਮਨ ਵਿੱਚ ਕਿ ਲਾਲ ਕਾਰਾਂ ਨੂੰ ਦੇਖ ਕੇ ਟੱਚ ਵੁੱਡ ਕਰਨਾ ਅਤੇ ਘਰ ਜਾ ਕੇ ਕੋਈ ਮਿੱਠੀ ਚੀਜ਼ ਮਿਲਣੀ ਹੈ। ਸਤਿ ਸ਼੍ਰੀ ਅਕਾਲ ਕਮਲ ਭਾਅ ਜੀ, ਕੀ ਹਾਲ ਚਾਲ ਆ? ਮੈਂ ਨਵਜੋਤ ਬ੍ਰਿਸਬਨ ਤੋਂ ਭਾਅ ਜੀ। ਅਤੇ ਬਹੁਤ ਸਾਰੇ ਵਹਿਮ ਸੀ ਭਾਅ ਜੀ, ਪਰ ਇੱਕ ਮੈਨੂੰ ਯਾਦ ਆ ਰਿਹਾ ਵੀ ਜਦੋਂ ਅਸੀਂ ਲਾਈਟ ਚੱਲ ਜਾਂਦੀ ਰਾਤ ਨੂੰ ਬੱਤੀ ਚੱਲ ਜਾਣੀ, ਅਸੀਂ ਆਲੇ ਦੁਆਲੇ ਪਿੰਡਾਂ ਦੇ ਨਾਮ ਗਣਨੇ ਜਿਨ੍ਹਾਂ ਦੇ ਪਿੱਛੇ ਪੁਰ ਲੱਗਦਾ ਆ, ਜਿੱਦਾਂ ਮਾਲਪੁਰ ਜਾਂ ਹੋਰ ਤੁਹਾਡੇ ਲਾਗੇ ਮਾਲਪੁਰ ਆ ਜਾਂ ਹੋਰ ਆਲੇ ਦੁਆਲੇ ਜਿੰਨੇ ਵੀ ਪਿੰਡ ਆ ਉਹਨਾਂ ਦੇ ਨਾਮ ਗਣਨੇ ਜਿਨ੍ਹਾਂ ਦੇ ਪਿੱਛੇ ਪੁਰ ਲੱਗਦਾ। ਅਤੇ ਇੱਕ ਵਹਿਮ ਸੀ ਦਿਮਾਗ 'ਚ ਕਿ ਜੇ ਪੁਰ ਗਿਣ ਦੇ ਨਾਲ ਬਿਜਲੀ ਆ ਜਾਣੀ ਆ ਵਾਪਸ, ਇਹ ਵੀ ਅਸੀਂ ਵਿੱਚੇ ਪਾ ਲੈਣਾ। ਤੁਸੀਂ ਕੋਈ ਬਚਪਨ ਚ ਜਾਂ ਹੋਣ ਜਾਂ ਤੁਹਾਡੇ ਇਰਦ ਗਿਰਦ, ਕਿਉਂਕਿ ਵੱਖਰੇ ਵੱਖਰੇ ਇਲਾਕਿਆਂ ਚ ਵੱਖਰੀਆਂ ਵੱਖਰੀਆਂ ਚੀਜ਼ਾਂ ਹੁੰਦੀਆਂ,
ਕੋਈ ਵਹਿਮ ਜਾਂ ਸੁਪਰਸਟੀਸ਼ਨ ਵੀ ਤੁਸੀਂ ਸੁਣੀ ਆ? ਬਿਲਕੁਲ ਭਾਈ ਸੁਣੀ ਆ। ਅਕਸਰ ਅਸੀਂ ਸੁਣਿਆ ਕਿ ਜਦੋਂ ਕਦੀ ਮੀਂਹ ਪੈਂਦਾ ਹੋਵੇ ਤੇ ਮਾਂ ਦੱਬ ਦਿਓ, ਜੇ ਨਾ ਪੈਂਦਾ ਹੋਵੇ ਤੇ ਕਹਿੰਦੇ ਗੁੱਡੀ ਫੂਕ ਦਿਓ। ਗੁੱਡੀ ਕਿਹੜੀ ਪਤੰਗ? ਨਹੀਂ ਨਹੀਂ ਡੋਲ ਮੈਂ ਕਿਹਾ ਗੁੱਡੀ ਉਹ ਵੀ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਾਹੁਲ ਹੈ ਅਤੇ ਮੈਂ ਬਿਲੋਂਗ ਕਰਦਾ ਪਠਾਨਕੋਟ ਦੇ ਪਿੰਡ ਫਰੀਦਾਨਗਰ ਤੋਂ। ਮੈਂ ਤੁਹਾਡੇ ਨਾਲ ਆਪਣੇ ਇਸ ਏਰੀਏ ਦਾ ਇੱਕ ਛੋਟਾ ਜਿਹਾ ਜਿਹੜਾ ਵਿਚਾਰ ਆ ਉਹ ਸਾਂਝਾ ਕਰਨਾ ਚਾਹਾਂਗਾ ਕਿ ਸਾਡੇ ਇੱਧਰ ਮੰਨਿਆ ਜਾਂਦਾ ਕਿ ਜੇ ਅਗਰ ਬਾਰਿਸ਼ ਦੀ ਇੱਕ ਛੋਟੀ ਜਿਹੀ ਬਦਲੀ ਵਰਦੀ ਹੋਏ ਅਤੇ ਨਾਲ ਹੀ ਕਿਤੇ ਸਾਈਡ ਤੋਂ ਧੁੱਪੇ ਨਿਕਲੇ ਆਵੇ ਤਾਂ ਧੁੱਪ ਅਤੇ ਬਾਰਿਸ਼ ਜਦੋਂ ਇਕੱਠੀ ਪੈਂਦੀ ਹੈ ਤਾਂ ਕਹਿ ਦਿੰਦੇ ਕਿ ਗਿੱਦੜ ਅਤੇ ਗਿੱਦੜੀ ਦਾ ਵਿਆਹ ਹੋ ਰਿਹਾ ਅੱਜ ਅਤੇ ਬੱਚੇ ਗਲੀਆਂ 'ਚ ਦੌੜਦੇ ਆ, ਪੂਸੀਆਂ ਮਾਰਦੇ ਆ, ਕਹਿੰਦੇ ਅੱਜ ਗਿੱਦੜ ਅਤੇ ਗਿੱਦੜੀ ਦਾ ਵਿਆਹ, ਨੱਚੋ ਟੱਪੋ। ਬਸ ਇਹ ਇੱਕ ਛੋਟਾ ਜਿਹਾ ਵਿਚਾਰ ਸੀ ਜੋ ਤੁਹਾਡੇ ਨਾਲ ਸਾਂਝਾ ਕਰਨਾ ਸੀ ਅਤੇ ਤੁਹਾਡੇ ਲਈ ਫਲਾਸ ਨੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਭਾਅ ਜੀ। ਛੋਟੇ ਹੁੰਦੇ ਕਹਿੰਦੇ ਸੀ ਜਦੋਂ ਪੜ੍ਹਾਈ ਨਹੀਂ ਆਉਂਦੀ ਤਾਂ ਕਿਤਾਬਾਂ 'ਚ ਜਿਹੜੇ ਵਿੱਦਿਆ ਪੜ੍ਹਾਈ ਦਾ ਬੂਟਾ ਹੁੰਦਾ ਉਹਦਾ ਜੇ ਪੰਖ ਰੱਖ ਲਈਏ ਤਾਂ ਪੜ੍ਹਾਈ ਆ ਜਾਂਦੀ ਆ। ਭਾਈ ਤੁਹਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਐਸਾ ਵਹਿਮ ਵੀ ਹੈਗਾ ਜਿਸ ਤਰ੍ਹਾਂ ਹੁਣ ਪਹਿਲਾਂ ਕਹਿੰਦੇ ਸੀ ਜੀ ਡੋਲੂ ਖਾਲੀ ਮਿਲ ਗਿਆ ਤਾਂ ਆਹ ਹੋ ਜਾਣਾ, ਮੀਂਹ ਪੈਂਦਾ ਤਾਂ ਇੱਦਾਂ ਚਾਹੀਦਾ, ਪੁਰਾਣੇ ਵਹਿਮ ਨਹੀਂ? ਕੋਈ ਕਿਹੜਾ ਤੁਹਾਡੇ ਇਰਦ ਗਿਰਦ ਕੋਈ ਆਪਣੇ ਜੀਵਨ 'ਚ ਤੁਸੀਂ ਸੁਣਿਆ ਬੇਸ਼ੱਕ ਕਹਿੰਦੇ ਜੀ ਮੇਰੀ ਗੱਲ ਸੁਣ, ਸਵੇਰ ਨੇ ਝਾੜੂ ਮਾਰਦਿਆ ਹਾਂ ਨੰਗੋ ਤਾਂ ਕਹਿੰਦੇ ਕੋਈ ਵਹਿਮ ਮੰਨਦਾ। ਅੱਛਾ ਜੇ ਦੁੱਧ ਲੈਣ ਲੱਗਿਆ ਕੋਈ ਸਵੇਰੇ ਆ ਗਿਆ ਉਹ ਵੀ ਵਹਿਮ ਹੁੰਦਾ, ਕਹਿੰਦੇ ਅੱਗੋਂ ਕੁਛ ਮਿਲਣਾ ਨੀ ਕੁਛ। ਹਾਂ ਅੱਛਾ ਸਰ ਗੱਲਾਂ ਹੀ ਆ। ਸਤਿ ਸ਼੍ਰੀ ਅਕਾਲ ਕਮਲ ਭਾਅ ਜੀ, ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਅਤੇ ਤੁਸੀਂ ਪੁੱਛਿਆ ਸੀ ਕਿ ਛੋਟੇ ਹੁੰਦਿਆਂ ਤੁਹਾਨੂੰ ਕੋਈ ਵਹਿਮ ਸੀ, ਵਹਿਮ ਹੋਵੇ ਤਾਂ ਕਿਹੜਾ ਸੀ? ਭਾਅ ਜੀ ਵਹਿਮ ਇਹ ਹੁੰਦਾ ਸੀ ਕਿ ਜਦੋਂ ਛੋਟੇ ਸੀ ਉਦੋਂ ਸ਼ਕਤੀਮਾਨ ਬਹੁਤ ਵੇਖਦੇ ਸੀ, ਜਦੋਂ ਵੀ ਕੋਈ ਮੁਸੀਬਤ ਜਾਂ ਫਿਰ ਇੱਦਾਂ ਦਾ ਟਾਈਮ ਆਉਂਦਾ ਸੀ ਅਤੇ ਸਾਨੂੰ ਲੱਗਦਾ ਸੀ ਕਿ ਸ਼ਕਤੀਮਾਨ ਸਾਨੂੰ ਸੱਚੀ ਬਚਾਉਣ ਆਏਗਾ ਅਤੇ ਸ਼ਕਤੀਮਾਨ ਹੁੰਦਾ ਸੀ ਕਿ ਸ਼ਕਤੀਮਾਨ ਬਚਾਉਣ ਆਏਗਾ ਅਤੇ ਹੁਣ ਉਹ ਚੀਜ਼ਾਂ ਦੇਖੀਦੀਆਂ ਕਿ ਨਾ ਹੀ ਸ਼ਕਤੀਮਾਨ ਸੱਚੀ ਸੀ ਅਤੇ ਨਾ ਹੀ ਉਹ ਜਿਹੜੀਆਂ ਆਪਾਂ ਗੱਲਾਂ ਸੋਚਦੇ ਸੀ ਉਹ ਸੱਚ ਸੀ। ਸੋ ਸਾਨੂੰ ਉਹ ਬਹੁਤ ਵੱਡੇ ਵਹਿਮ ਹੁੰਦੇ ਸੀ ਕਿ ਜਦੋਂ ਵੀ ਆਪਾਂ ਕੋਈ ਮੁਸੀਬਤ 'ਚ ਜਾਂ ਕੁਛ ਵੀ ਕਰਦੇ ਪਏ ਹਾਂ ਅਤੇ ਜਾਣ ਬੁੱਝ ਕੇ ਆਪਾਂ ਸੱਟ ਲਵਾਲੀ ਦੀ ਸੀ ਕਿ ਸ਼ਕਤੀਮਾਨ ਬਚਾਉਣ ਆਏਗਾ ਅਤੇ ਹੁਣ ਉਹ ਚੀਜ਼ਾਂ ਸੋਚ ਕੇ ਬਹੁਤ ਆਸਾਨ ਆ ਉਹਨੂੰ। ਇਹ ਮੇਰਾ ਸਭ ਤੋਂ ਵੱਡਾ ਵਹਿਮ ਸੀ। ਹਾਂਜੀ ਵੀਰ ਜੀ, ਫਿਰ ਤੁਸੀਂ ਵੀ ਕੋਈ ਵਹਿਮ ਸੁਣਿਆ ਐਸਾ ਕਿ ਇੱਦਾਂ ਨਹੀਂ ਕਰੀਦਾ ਤਾਂ ਇਸ ਤਰ੍ਹਾਂ ਹੋ ਜਾਂਦਾ, ਇਸ ਤਰ੍ਹਾਂ ਕਰੋ ਤਾਂ ਇਸ ਤਰ੍ਹਾਂ ਹੋ ਜਾਂਦਾ, ਕੋਈ ਐਸੀ ਗੱਲ? ਹਾਂਜੀ ਹਾਂਜੀ ਭਾਅ ਜੀ, ਜਦੋਂ ਆਪਾਂ ਘਰੇ ਹੋਈਏ ਜਾਂ 6 ਵੱਜ ਜਾਵੇ ਤਾਂ ਫਿਰ ਘਰ ਦੇ ਸਾਨੂੰ ਜਾਣ ਨਹੀਂ ਦਿੰਦੇ ਕਿਤੇ ਤੇ ਉਹ ਕਹਿੰਦੇ ਕਿ ਅਪਸ਼ਗਨ ਮੰਨਿਆ ਜਾਂਦਾ। ਇਹ ਤਾਂ ਮੈਂ ਵੀ ਸੁਣਿਆ। ਧੰਨਵਾਦ। ਸੋ ਸਨੀ ਭਾਅ ਜੀ, ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ। ਹਾਂਜੀ ਹਾਂਜੀ। ਕਿ ਤੁਸੀਂ ਵੀ ਕੋਈ ਬਚਪਨ ਜਾਂ ਹੁਣ ਤੁਹਾਡੇ ਇਰਦ ਗਿਰਦ, ਤੁਹਾਡਾ ਇਲਾਕਾ ਕਿਹੜਾ? ਮੈਂ ਬਈ ਜਲੰਧਰ ਤੋਂ ਹੀ। ਜਲੰਧਰ ਤੋਂ ਹੀ ਆ ਬਈ, ਤੁਸੀਂ ਵੀ ਦੁਆਬੀ ਆ। ਹਾਂਜੀ ਹਾਂਜੀ। ਤੁਸੀਂ ਕੋਈ ਐਸਾ ਵਹਿਮ ਜਾਂ ਕੋਈ ਸੁਪਰਸਟੀਸ਼ਨ ਵੀ ਸੁਣੀ ਆ ਆਪਣੇ ਇਰਦ ਗਿਰਦ ਜਿਹੜੀ ਇੱਦਾਂ ਕਰੋ ਤਾਂ ਇੱਦਾਂ ਹੋ ਜਾਂਦਾ, ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਸੁਣੀ ਤੁਸੀਂ? ਹਾਂਜੀ ਹਾਂਜੀ ਬਈ ਸੁਣਿਆ, ਕਹਿੰਦੇ ਕਿ ਕਈ ਵੇਲੇ ਤੁਸੀਂ ਕਿਸੇ ਕੰਮ ਲਈ ਜਾ ਰਹੇ ਹੋ ਕੋਈ ਅੱਗੋਂ ਖਾਲੀ ਭਾਂਡਾ ਜਾਂ ਡੋਲੂ ਫੜ ਕੇ ਆ ਜਾਵੇ, ਕਹਿੰਦੇ ਤੁਹਾਡਾ ਕੰਮ ਨਹੀਂ ਬਣਦਾ ਜਾਂ ਇੱਦਾਂ ਕੁਛ, ਬਹੁਤ ਸ਼ਗਨੀ ਹੁੰਦੀ ਹੈ। ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਨਿਖਿਲ ਸ਼ਹਿਰ ਅੰਮ੍ਰਿਤਸਰ ਤੋਂ। ਸੋ ਬਹੁਤ ਸਾਰੇ ਵਹਿਮ ਚੱਲ ਰਹੇ ਨੇ, ਬਟ ਜਿਸ ਵਹਿਮ ਦਾ ਮੈਂ ਜ਼ਿਕਰ ਕਰ ਰਿਹਾ ਉਹ ਮੇਰਾ ਵਹਿਮ ਨਹੀਂ ਹੈ, ਮੈਨੂੰ ਕਿਸੇ ਨੇ ਦੱਸਿਆ ਸੀ ਔਰ ਮੈਂ ਅਜ਼ਮਾਇਆ ਅਤੇ ਉਹ ਸ਼ਾਇਦ ਕਾਰਗਰ ਵੀ ਸਿੱਧ ਹੋਇਆ। ਜਿੱਦਾਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅੱਗੇ ਪਿੱਛੇ ਕਈ ਵਾਰ ਗਵਾਚ ਜਾਂਦੀਆਂ ਨੇ। ਸੋ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਜੇ ਕੋਈ ਚੀਜ਼ ਗਵਾਚ ਜਾਵੇ ਤਾਂ ਉਸ ਚੀਜ਼ ਦਾ ਨਾਮ ਲੈ ਕੇ 3-4 ਵਾਰ ਕਹੋ ਵੀ ਲੱਭ ਜਾ ਤੇਰਾ ਵਿਆਹ। ਫੋਰ ਐਗਜ਼ਾਮਪਲ ਜਿੱਦਾਂ ਆਹ ਕੈਂਚੀ ਹੈ, ਜੇ ਇਹ ਗਵਾਚ ਗਈ ਹੋਵੇ ਅਤੇ ਨਾ ਲੱਭੇ ਤਾਂ ਕਹੋ ਵੀ ਕੈਂਚੀ ਕੈਂਚੀ ਲੱਭ ਜਾ ਤੇਰਾ ਵਿਆਹ। ਔਰ ਮੈਂ ਖੁਦ 'ਤੇ ਇਹ ਚੀਜ਼ ਅਜ਼ਮਾਈ ਹੈ ਔਰ ਲੱਭ ਵੀ ਜਾਂਦੀ ਹੈ। ਸੋ ਪਤਾ ਨਹੀਂ ਇਹ ਹੁਣ ਵਹਿਮ ਹੈ ਕੀ ਆ, ਬਟ ਇਹ ਹੈ। ਮੈਂ ਕਈ ਵਾਰ ਜਦੋਂ ਮੇਰੀ ਕੋਈ ਚੀਜ਼ ਨਾ ਲੱਭੇ ਮੈਂ ਅਜ਼ਮਾਨਾ। ਹਾਂਜੀ ਭਾਅ ਜੀ, ਕਮਲ ਹੀਰ ਭਾਅ ਜੀ, ਜਦੋਂ ਮੈਂ ਛੋਟਾ ਹੁੰਦਾ ਸੀ ਤੇ ਮੈਂ ਨਾ ਜਿੱਦਾਂ ਮੈਨੂੰ ਕਿਸੇ ਨੇ ਕਹਿਣਾ ਵੀ ਰੱਬ ਉੱਪਰ ਰੱਬ ਆ, ਮੈਂ ਉੱਪਰ ਦੇਖਣਾ ਤੇ ਮੈਂ ਬੱਦਲਾਂ ਨੂੰ ਰੱਬ ਸਮਝਦਾ ਹੁੰਦਾ ਸੀਗਾ। ਇਹ ਮੇਰਾ ਵਹਿਮ ਹੁੰਦਾ ਸੀ ਛੋਟੇ ਹੁੰਦੇ ਦਾ। ਹੈਗੀ ਤਾਂ ਗੱਲ ਹਾਸੇ ਵਾਲੀ ਆ ਪਰ ਚਲੋ। ਸਾਡੇ ਜਿਵੇਂ ਫਤਿਹਗੜ੍ਹ ਦੇ ਵਿੱਚ ਨਾ
ਜਿਵੇਂ ਕੋਈ ਆਪਾਂ ਕੋਈ ਕੰਮ 'ਤੇ ਜਾਣਾ, ਆਪਾਂ ਜ਼ਰੂਰੀ ਕੰਮ ਹੈਗਾ ਆਪਾਂ ਨੂੰ, ਜਦੋਂ ਆਪਾਂ ਬਾਹਰ ਨਿਕਲਦੇ ਹਾਂ ਆਪਾਂ ਨੂੰ ਕੋਈ ਹਰਿਆਲੀ ਚੀਜ਼ ਮਿਲ ਜਾਵੇ ਅਤੇ ਕੋਈ ਹਰੀ ਜਿਵੇਂ ਕੋਈ ਹਰਾ ਵੱਢ ਲੈ ਕੇ ਆਉਂਦਾ ਕੱਟ ਕੇ, ਉਹ ਕਹਿੰਦੇ ਵੀ ਤੁਹਾਡਾ ਕੰਮ ਸੁਬਹ ਅੱਜ ਕੰਮ ਬਣੂਗਾ। ਅਤੇ ਬਾਕੀ ਜਿਵੇਂ ਕੋਈ ਆਪਣੇ ਕੋਈ ਪਿੱਛੋਂ ਆਵਾਜ਼ ਮਾਰ ਦੇਵੇ ਆਪਾਂ ਨੂੰ, ਫਿਰ ਕਹਿੰਦੇ ਆ ਵੀ ਰੁਕ ਜਾ, ਚੱਪਲਾਂ ਉਤਾਰ ਦੇ, 5 ਮਿੰਟ ਬਹਿ ਜਾ। ਅਤੇ ਇਹ ਸਾਡੇ ਫਤਿਹਗੜ੍ਹ 'ਚ ਇਹ ਆ ਜੀ। ਇਸ ਸਟੋਰੀ ਦਾ ਕੰਕਲੂਜਨ, ਰਿਜ਼ਲਟ ਐਂਡ ਮੈਂ ਇਹੀ ਕੱਢਿਆ ਕਿ ਵਹਿਮਾਂ ਭਰਮਾਂ 'ਚ ਪਹਿਲੀ ਗੱਲ ਤਾਂ ਕੁਛ ਨਹੀਂ ਰੱਖਿਆ ਆ, ਬਸ ਵਧੀਆ ਸੋਚ ਨਾਲ ਕੰਮ ਕਰੋ, ਦੂਜਿਆਂ ਪ੍ਰਤੀ ਵਧੀਆ ਸੋਚ ਰੱਖੋ। ਅਤੇ ਜਦੋਂ ਤੁਸੀਂ ਮੈਨੂੰ ਇਸ ਤਰ੍ਹਾਂ ਦੇ ਮੈਸੇਜ ਪਾਉਂਦੇ ਆ ਤਾਂ ਮੈਨੂੰ ਤੁਹਾਨੂੰ ਜਾਣਨ ਦਾ ਵੀ ਮੌਕਾ ਮਿਲਦਾ। ਮੈਨੂੰ ਤਾਂ ਤੁਸੀਂ ਰੋਜ਼ ਇੰਸਟਾਗ੍ਰਾਮ 'ਤੇ ਸਟੋਰੀਆਂ ਮੇਰੀਆਂ ਜਾਂ ਕਿਸੇ ਤਰੀਕੇ ਨਾਲ ਗਾਣਿਆਂ ਦੇ ਜ਼ਰੀਏ ਤੁਸੀਂ ਮੈਨੂੰ ਮਿਲਦੇ ਆ, ਮੇਰੇ ਕੋਲ ਇਹ ਤੁਹਾਨੂੰ ਮਿਲਣ ਦਾ ਬਹੁਤ ਵਧੀਆ ਤਰੀਕਾ ਆ। ਅਸੀਂ ਇੱਕ ਦੂਜੇ ਦਾ ਸਾਨੂੰ ਕਿੰਨਾ ਪਤਾ ਲੱਗਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ। ਅਤੇ ਇੱਕ ਵਾਰ ਫਿਰ, ਵਹਿਮਾਂ ਭਰਮਾਂ 'ਚ ਕੁਛ ਨਹੀਂ ਰੱਖਿਆ, ਅੱਲਾ ਮਹੀ ਬੋਲ।